हो गए ते लगे हुए भाई खेत बाहन ते मिलो चाचे नूं सत श्री अकाल जी चाचे बहुत दिन बाद दर्शन दते चाचा बिजी चलता हूं अजकल नक्का तो ला दो खराब होना रह गया बस एक रह गया ला दे धाना ते पहला ला दे ला देना चेरी च पानी जेड़ा उपन हवा निकल दी हां टिड्डे आला ओनू जर पै गई टिड्डे नू टिड्डा थले ही रह गया ठीक है ला ली भी देख दे मेन लाल जा देख ली ला दी एनू ना खड़े करके जर पै गई मोटर चलती नहीं है जिथे मर्जी चला ला ओने एक बार कढ़ना पानी उथे डायरेक्ट अभी भी लाया चट्ठी भी छटे अभी लाया पे उ खिचदी मोटर आई जे इत पैप दबने अठ इंची घट दबो ना दबो ना अठ अर दस दठे जे इत लेके जाना पानी जे इंजन जे मोटर जो मर्जी अठ इंची पैप घटो घट ठीक थले 12 इंची उपर 8 इंची हो जांदा जाके दो पैप खड़े कर इधर बोर आले पैप आ जांदे बिच पाया वा मोड़ के यार जगीरा इंदे लागे दिंदे करन ओहो कोठे दे उपर उपर पाते चवचे इन्हां ने जिदी लैन पांच चार किलियां चलती
ਥੋਡੇ ਕਿੰਨੇ ਕਿੱਲੇ ਵਗਾਈ ਹੋਈ ਆ? ਸਾਡੇ 10 ਵਗਾਈ ਵੀ ਆ। ਫੇਰ ਚੱਲਦੀ ਕਿਤੇ ਬੰਦ ਕਰਿਆ ਟਰੈਕਟਰ ਕਰਿਆ ਹੋਇਆ ਜਿਹੜੀ ਆ ਛੇ ਪੰਜ ਜਿਹੜੀ ਅਸੀਂ ਦੱਬੀ ਹੋਈ ਆ, ਛੇ ਥੋੜੀ ਆ ਪੂਰੀ ਪੰਜ ਆ, ਪੰਜ ਦੇ ਉੱਪਰ ਨਾ ਸੂਰਾ ਜੰਮੇ ਨਾ ਕੁਛ। ਪਹਿਲਾਂ ਹੁੰਦੇ ਸੀ ਉਹ ਉਹਦੀ ਪਾਈਪ ਲਾਈਨ ਸੀ, ਪਾਈਪ ਲਾਈਨ ਕਰਕੇ ਉਛਲਿਆ ਰਹਿੰਦਾ ਕੱਢੀ ਵੀ ਸੀ। ਪਾਈਪ ਲਾਈਨ ਵਾਲਾ ਉਛਲ ਹੀ ਰਹਿੰਦਾ। ਨਦੀ ਚ ਜ਼ਮੀਨ ਪੈ ਜਾਂਦੀ ਆ, ਥੋੜਾ ਜਿਹਾ ਉੱਚੀ ਟਿੱਬਾ ਜਾਂਦਾ, ਥੋੜਾ ਜਿਹਾ ਉਹਦੇ ਪਰ ਬੱਚਾ ਤਾਂ ਉੱਚਾ। ਹੁਣ ਵੀ ਤਾਂ ਕੋਈ ਹੋਰ ਹੈਗਾ, ਮੰਡਵਾ ਮਹਾਤੜ ਵਰਗੇ ਰਹਿ ਗਿਆ, ਸਭ ਨੇ ਬਾਅਦ ਤੇ ਕੋਈ ਰਹਿੰਦਾ ਦੂਰ ਕਰਕੇ ਦੂਰ ਕਰਿਆ ਦੂਰ ਨੀ ਗਿਆ ਮਹੀਨਾ ਪਿਆ ਫੇਰ ਬਾਹਣਾ ਪੈ ਜਾਣਾ ਇੱਕ ਵਾਰ। ਚਲੋ ਠੀਕ ਆ ਜੀ, ਲੱਗੇ ਹੋਏ ਬਾਈ ਖੇਤ ਵਾਹੁਣ ਤੇ। ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਤੇ ਲੋ ਬਾਈ ਸਵੇਰ ਦੇ 6:30 ਹੋ ਗਏ ਤੇ ਲੱਗੇ ਹੋਏ ਤੇ ਬਾਈ ਖੇਤ ਵਾਹੁਣ ਤੇ ਇੱਥੇ ਬੀਜਣੀ ਬਾਈ ਆਪਾਂ ਨੇ ਪਨੀਰੀ ਬਰਸੀਨ ਵਾਲਾ ਦਾ ਉੱਦਣ ਆਰ ਸੀ ਵੀ ਉੱਤੇ ਬੋਆ ਲਿਆ ਤਾ ਅਤੇ ਹੁਣ ਇਹਨੂੰ ਇੱਕ ਵਾਰ ਬਾਅਦ ਆਪਾਂ ਨੇ ਸਾਰੇ ਹੀ ਦੇਣਾ ਬਾਈ, ਆ ਵੀ ਵਿੱਚੇ ਵਾਹ ਦੇਣਾ ਹੁਣ ਬਰਸੀਨ ਬਸਾਉਣ ਦਾ ਕਿਹੜਾ ਬਰਸੀਨ ਆਊਗਾ, ਇਹਨੂੰ ਵੀ ਤਵੀਆਂ ਨਾਲ ਬੋਆ ਦੇਣਾ ਦੇਖਦੇ ਹਾਂ। ਅਤੇ ਅੱਜ 19 ਤਰੀਕ ਹੋ ਗਈ, ਅੱਜ ਸ਼ਾਮ ਨੂੰ ਦੇਖਦੇ ਹਾਂ ਬਾਈ ਪਨੀਰੀ ਭਿਉਂਦੇ ਹਾਂ ਅਤੇ ਬਾਕੀ ਆ ਵੀ ਖਾਲ ਪਾ ਦੇਣੀ ਇਹ ਬਰਸੀਨ ਨੂੰ ਪਾਣੀ ਲਾਉਣ ਨੂੰ ਲਾਈ ਹੋਈ ਤੀ ਆਪਾਂ ਨੇ ਇੱਧਰ ਲਸਣ ਤਾਂ ਅਤੇ ਬਾਦਣੀ ਇਹ ਨਵੀਂ ਖਾਲ ਪਾਉਂਗੇ ਕਿਉਂਕਿ ਇਹ 'ਚ ਬਈ ਕੱਖ ਆ, 1-2 ਦਿਨ ਤੱਕ ਨਵੀਂ ਖਾਲ ਪਾਉਂਗੇ ਉਹ ਡਿੱਗੀ ਦੇ ਐਂ। ਅਤੇ ਬਾਕੀ ਆਹ ਸਾਰੀ ਖੁਰਚਣੀ ਆ ਮਸ਼ੀਨ ਵਾਲੀ ਕਰਕੇ ਚੰਗਾ ਕੱਖ ਚੜਿਆ ਵਾ ਇੱਧਰ ਵੀ, ਬਾਕੀ ਕਣਕ ਵਾਲੇ 'ਚ ਤਾਂ ਹੈ ਨਹੀਂ ਕਿਤੇ ਵੀ ਛੱਡਣਾ ਹੋਵੇ ਤਾਂ ਇੱਥੇ ਬੀਜਣੀ ਬਾਈ ਆਪਾਂ ਨੇ ਮਸ਼ੀਨ ਸੋਰੀ ਉਹ ਪਨੀਰੀ ਉਧਰ ਡੈਡੀ ਲੱਗਿਆ ਹੋਇਆ ਬਾਹਣ। ਅਤੇ ਲਓ ਬਾਈ ਬਾਕੀ ਹਨੇਰੀ ਨੇ ਇੱਕ ਬੂਟਾ ਟੇਢਾ ਕਰਤਾ, ਹਜੇ ਸਾਲ ਦੇ ਹੀ ਹੈ ਬਾਈ, ਹਿਸਾਬ ਲਾ ਲਓ ਵੀ ਕਿਹੜੇ ਹਿਸਾਬ ਚੱਲਿਆ ਕੰਮ। ਬੂਟਾ ਟੇਢਾ ਕਰਤਾ ਇੱਕ, ਉਹ ਗਾਂ ਹੈ ਉਹ ਤਾਂ ਕਰਤਾ ਤਾ ਮੈਂ ਸਿੱਧਾ। ਬਾਕੀ ਆ ਕਿਆਰਾ ਬਾਈ ਜਿਹੜਾ ਆਏ ਆ ਤਾਂ ਆਪਾਂ ਨੇ ਵਾਹ ਦੇਣਾ ਇੱਕ, ਆਹ ਰੱਖ ਲੈਣਾ ਬੂਟਿਆਂ ਕਰਕੇ ਕਿਉਂਕਿ ਧਾਨਾਂ 'ਚ ਫਿਰ ਬੂਟੇ ਗਿਰੀ ਜਾਂਦੇ ਆ, ਜੇ ਜ਼ਿਆਦਾ ਨੇੜੇ ਤਾਂ ਪਾਣੀ ਚਲੇ ਜਾਵੇ ਫਿਰ ਗਿਰੀ ਜਾਂਦੇ ਆ, ਹਵਾ ਹਵਾ ਚੱਲੀ ਜਾਂਦੀ ਹੈ।
ਬਾਕੀ ਇਹਨੂੰ ਕਰਦੇ ਸਿੱਧਾ ਉਹ।